नीले नीले सूट वाली बस नू उड़ीक दिया क्यों ओ मैनू सुपने आंदे रहंदे आ ओ दे दे तेरी पहला काम वैलियां ने वैल खटने दूजा काम बोतलां दे गट पकने ओ बन के छोटी जान जदों ए छड जांदियां ने तू की चाहना लड़ जी ना मर जी तू चीख मेरे ते पर सोच कर ले बरीक मेरे ते सत श्री अकाल जी मैं हाँ तुहाडे नाल अपना सोनू जांसला असी अपने चैनल ते हर वार तुहानू किसी ना किसी स्टार नाल तुहानू रूबरू कराउंदे आ तुहाडे और अज असी उन्हां दे घर आए हुए हैं जो हुणे हुणे चमकदे सितारे और हर एक बच्चे दे हर एक इंसान दे बुलां ते उन्हां दा गाना चल रहा और शायद तुसी जाणदे होणे गाने दे बोलना दस की करां तेरे ते मरां कहण तों डरां और दूजा जो हुण अपने रंग ते काले जे लिबास दी शकिनर कुड़ी ते दूर दूर जावे मेरे काले रंग दो। हाँ जी मैं गल कर रहा काका जी दी आपां उन्हां दे घर खड़े हाँ आओ आपां गलबात करदे हाँ। आपां गल करन लगे काका दी मम्मी जी नाल उन्हां दे भतीजे वी नाल बैठे आओ आपां उन्हां दी मम्मी नाल गल करदे हाँ। ਤੁਸੀਂ ਬਚਪਨ ਦੇ ਵਿੱਚੋਂ ਉਹਨੂੰ ਪੜਾਇਆ ਲਿਖਾਇਆ ਹੁਣ ਤੱਕ ਤੁਹਾਡਾ ਨਾਮ ਰੋਸ਼ਨ ਕਰ ਰਿਹਾ ਕਿੱਦਾਂ ਦਾ ਲੱਗ ਰਿਹਾ? ਵਧੀਆ ਲੱਗਦਾ, ਬਹੁਤ ਵਧੀਆ ਲੱਗਦਾ। ਤੁਸੀਂ ਕਦੇ ਉਹਨਾਂ ਨੂੰ ਗਾਲਾਂ ਨਹੀਂ ਕੱਢੀਆਂ ਹੈਗੀਆਂ ਕਿ ਤੂੰ ਯਾਰ ਕਿੱਦਾਂ ਦੇ ਕੰਮਾਂ 'ਚ ਪਿਆ ਰਹਿੰਦਾ, ਤੂੰ ਪੜ੍ਹ ਲਿਆ ਕਰ ਕਦੇ? ਹਾਂ ਬਹੁਤ ਜ਼ਿਆਦਾ ਮੈਂ ਝਿੜਕਾਂ ਪੈਂਦੀਆਂ ਦੀ ਉਹਨੂੰ ਵੀ ਇਸ ਤਰ੍ਹਾਂ ਨਹੀਂ ਕਰਨੇ ਹੈਗੇ, ਪੜ੍ਹਾਈ ਕਰਨੀ ਆ ਨਾ ਉਹਨੇ। ਅਤੇ ਪਹਿਲਾਂ ਉਹ ਛੋਟਾ ਹੁੰਦਾ ਜਿਵੇਂ ਗਾਈ ਜਾਂਦਾ ਤੇ ਫਸਟ ਆਉਂਦਾ ਰਿਹਾ ਨਾ, ਪੰਜ ਕਲਾਸਾਂ ਕਰੀਆਂ ਨਾ ਫਸਟ ਆਇਆ ਉਹ ਪੰਜਾਂ 'ਚੋਂ, ਜਦ ਛੇਵੀਂ 'ਚੋਂ ਨਾ ਸੈਕਿੰਡ ਆਇਆ ਫਿਰ ਇੰਨਾ ਰੋਂਦਾ ਆਇਆ ਘਰਾਂ ਨਾ, ਦੋ ਨਾ ਮੇਰੇ ਗੁਆਂਢਣਾਂ ਨੇ ਉਹ ਵੀ ਆ ਗਏ, ਉੱਧਰਲੇ ਘਰ ਰਹਿੰਦੇ ਸੀ ਨਾ ਅਸੀਂ ਪਹਿਲਾਂ, ਕਹਿੰਦੇ ਕੀ ਹੋ ਗਿਆ ਫੇਲ ਹੋ ਗਿਆ ਬੁਕੇ, ਮੈਂ ਕਹਿੰਦੀ ਨਹੀਂ ਸੈਕਿੰਡ ਹੋ ਗਿਆ ਵੀ ਫਸਟ ਆਉਂਦਾ ਰਿਹਾ ਇਹ ਪੰਜ ਜਮਾਤਾਂ 'ਚ, ਤਾਂ ਵੀ ਹੁਣ ਛੇਵੀਂ 'ਚ ਸੈਕਿੰਡ ਆ ਗਿਆ, ਬਹੁਤ ਰੋਇਆ ਇਹ। ਨਹੀਂ ਗਾਣੇ ਦੇ ਉਹਦੇ 'ਚ ਉੱਦਾਂ ਯਾਨੀ ਪੜ੍ਹਾਈ ਦੇ ਵਿੱਚ ਸੈਕਿੰਡ ਆਇਆ ਸੀ? ਹਾਂ ਪੜ੍ਹਾਈ ਤਾਂ ਰੋਇਆ ਵੀ ਮੈਂ ਫਸਟ ਆਉਣਾ ਸੀ ਵੀ ਸੈਕਿੰਡ ਕਾਹਤੇ ਹੋਇਆ। ਅੱਛਾ ਇੰਨੀ ਮਿਹਨਤ ਕਰਦਾ ਸੀ ਕਿ ਉਹਨੂੰ ਫਸਟ ਹੋਣ ਦਾ ਨਹੀਂ ਸੈਕਿੰਡ ਹੋਣ 'ਤੇ ਰੋਣ ਲੱਗਾ? ਨੰਬਰ 'ਤੇ ਆਵਾਂ ਮੈਂ। ਕਦੇ ਰੋਟੀ ਪਿੱਛੇ ਤੁਹਾਡੇ ਨਾਲ ਲੜਦਾ ਸੀ ਕਿ ਮੰਮੀ ਤੂੰ ਰੋਟੀ ਨਹੀਂ ਬਣਾਈ ਹੈਗੀ ਹਜੇ ਤਾਂ, ਮੈਨੂੰ ਭੁੱਖ ਲੱਗੀ ਹੋਈ? ਨਹੀਂ ਨਹੀਂ ਐਵੇਂ ਨਹੀਂ, ਰੋਟੀ ਟਾਈਮ ਸਿਰ ਨਾ ਦਿੰਦੇ ਦੀ ਨਾ ਬਣਾ ਕੇ, ਅਤੇ ਊਂ ਅੱਧੀ ਛੁੱਟੀ ਨੂੰ ਐਂ ਹੁੰਦਾ ਸੀ ਵੀ ਆਉਂਦਾ ਨਹੀਂ ਤੀ ਵੀ ਅੱਧੀ ਛੁੱਟੀ ਨੂੰ ਕੰਮ ਕਰਨਾ ਸਕੂਲ ਦਾ, ਖੇਡੀ ਖੁੱਡੀ ਜਾਂਦਾ ਤੀ ਘਰਾਂ ਆ ਕੇ, ਅਤੇ ਫਿਰ ਜੇ ਕਹਿੰਦੀ ਇਹਨੂੰ ਕਹਿੰਦੀ ਤੀ ਬੜੇ ਨੂੰ ਵੀ ਉਹਨੂੰ ਕਾਹਤੇ ਨਹੀਂ ਲੈ ਕੇ ਆਇਆ ਹੈਗਾ, ਕਹਿੰਦਾ ਉਹ ਕੰਮ ਕਰ ਰਿਹਾ ਸੀ ਵੀ ਜਿਹੜਾ ਰਹਿ ਗਿਆ ਤੀ, ਅੱਧੀ ਛੁੱਟੀ ਉਹ ਕਰ ਲੈਂਦਾ, ਰੋਟੀ ਰੋਟੀ ਖਾਣਾ ਆਉਂਦਾ ਨਹੀਂ ਹੁੰਦਾ ਸੀ ਕਈ ਵਾਰੀ ਅੱਧੀ ਛੁੱਟੀ ਨੂੰ। ਕੁੱਟਮਾਰ ਕਿੰਨੀ ਕਰਦੇ ਸੀ ਤੁਸੀਂ ਕਦੇ? ਨਹੀਂ ਕਦੇ 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 ਦਾ ਦੇਖੋ ਸੱਚ ਬੋਲਣਾ, ਕਦੇ ਕਦੇ ਦਾ ਤੁਸੀਂ ਕੁੱਟਿਆ ਹੋਣਾ ਕਿ ਤੂੰ ਏਦਾਂ ਦੀ ਹਰਕਤਾਂ ਨਾ ਕਰ ਮਿੱਟੀ 'ਚ। ਹਾਂ ਨਿਆਣੇ ਦੇ ਨਾ ਵੀ ਸ਼ਰਾਰਤਾਂ ਕਰਦੇ ਨੇ ਫਿਰ ਤਾਂ ਪੈਂਦੀਆਂ ਨੇ ਝਿੜਕਣ, ਉਹ ਕੁੱਟਿਆ ਨਹੀਂ ਹੈਗਾ ਇੰਨਾ, ਜਿਵੇਂ ਉਹਦੇ ਪਾਪੇ ਤਾਂ ਡਰ ਜਾਂਦੇ ਸੀ ਉਹ ਵੀ ਇੱਧਰ ਪਾਪੇ ਨੂੰ ਦੱਸੂਗੀ ਮੈਂ ਸ਼ਿਕਾਇਤ ਲਾਊਂਗੀ ਨਾ, ਫਿਰ ਡਰ ਜਾਂਦੇ, ਕੁੱਟਣਾ ਨਹੀਂ ਇੰਨਾ ਪਿਆ ਹੈਗਾ ਇਹਨਾਂ ਨੂੰ। ਵੈਸੇ ਇੱਕ ਗੱਲ ਹੈ ਕਿ ਮੰਮੀਆਂ ਦਾ ਜੋ ਪਿਆਰ ਹੁੰਦਾ ਨਾ ਉਹ ਬਹੁਤ ਜ਼ਿਆਦਾ ਗੂੜਾ ਹੁੰਦਾ ਆਪਣੇ ਬੱਚਿਆਂ ਨਾਲ। ਮੇਰੇ ਫਾਦਰ ਵੀ, ਮੇਰੀ ਮੰਮਾ ਵੀ ਮੈਨੂੰ ਪਤਾ ਕੀ ਕਹਿੰਦੀ ਸੀ, ਬਈ ਤੇਰਾ ਕੰਜਰ ਦਿਆ ਤੈਨੂੰ ਕੋਈ ਨਹੀਂ ਦੱਸਦੀ ਆ ਕਮੀਨਿਆਂ ਕਿ ਤੇਰੇ ਡੈਡੀ ਨੂੰ ਆਣ ਦੇਣਾ ਤੇਰੇ, ਪਰ ਮੰਮੀ ਨਾ ਯਾਨੀ ਜ਼ਿਆਦਾਤਰ ਕੁੱਟ ਨਹੀਂ ਕਰਦੀ ਸੀ, ਪਰ ਡੈਡੀ ਬੜਾ ਕੁੱਟਦੇ ਹੁੰਦੇ ਸੀ ਕਿ ਪਾਪਾ ਕਦੇ। ਉਹ ਮੈਂ ਵੀ ਜੇ ਨਹੀਂ ਕਹਿਣਾ ਮੰਨਦੇ ਸੀ ਹੈ ਨਾ, ਉਹ ਕਹਿੰਦੇ ਵੀ ਤੇਰੇ ਪਾਪੇ ਨੂੰ ਆਉਂਦੇ ਉਹਨੂੰ ਦੱਸੂਗੀ ਹੈ ਨਾ, ਫਿਰ ਜਦ ਕਹਿਣਾ ਮੰਨ ਲੈਂਦੇ ਸੀ ਇਹ ਵੀ ਇੰਨੀ ਸ਼ਰਾਰਤਾਂ ਬਹੁਤ ਨਹੀਂ ਹੋ ਕਰੀ ਹੈਗੀ। ਅੱਛਾ ਡਰ ਤਾਂ ਜਾਂਦੇ ਸੀ ਫਿਰ? ਹਾਂ ਉਹਦੇ ਪਾਪੇ ਤੋਂ ਵਾਰ ਡਰ ਜਾਂਦੇ। ਗਾਣੇ ਗੁਣੇ ਤਾਂ ਜਿਵੇਂ ਸਪਲੀਆਂ ਆ ਗਈਆਂ ਤੇ ਇਹਦੀਆਂ 'ਚ, ਫਿਰ ਮੈਨੂੰ ਬਹੁਤ ਸੋਚ ਹੁੰਦੀ ਤੀ ਡਿਪਲੋਮਾ ਕਰਨ ਹੀ ਲੱਗਿਆ ਜਦ, ਫਿਰ ਆਹ ਗਾਣਿਆਂ ਕਨੀ ਧਿਆਨ ਹੋ ਜਾਂਦਾ, ਆਹ ਟਰਾਫੀਆਂ ਪਈਆਂ ਮੇਰੇ ਕੋਲ ਉਹਦੇ ਦੋ, ਉਹ ਜਿਵੇਂ ਐਂ ਨਹੀਂ ਲੈਂਦੀਆਂ ਹੈਗੀਆਂ ਨੇ ਗਾਣੇ ਗਾ ਕੇ ਬੋਲੀਆਂ ਪਾ ਕੇ ਉਹਨਾਂ 'ਚ ਕਾਲਜ ਫੰਕਸ਼ਨ ਹੁੰਦੇ ਨੇ ਉਹ ਪਈਆਂ ਤੇ ਫਿਰ ਮੈਂ ਕੈਮਰਾਮੈਨ ਕਹਾਂ ਕਿ ਟਰਾਫੀਆਂ ਦਿਖਾ ਦੇਣਾ ਕਿ, ਔਰ ਇਹਨਾਂ ਦੇ ਵਿੱਚ ਫੋਟੋਆਂ ਵੀ ਲੱਗੀਆਂ ਹੋਈਆਂ ਨੇ। ਅੱਛਾ ਅੱਛਾ, ਇਹਨਾਂ ਦੇ ਵਿੱਚੋਂ ਕਾਕੇ ਦੀ ਕਿਹੜੀ ਫੋਟੋ ਹੈ ਇਹਨਾਂ ਦੇ? ਅੱਛਾ ਅੱਛਾ, ਜੋ ਲੈਫਟ ਸਾਈਡ ਹੈ ਉਹ ਕਾਕੇ ਦੀ ਫੋਟੋ ਹੈ? ਅੱਛਾ ਜੀ, ਇਹ ਅੱਛਾ ਜੀ, ਉਹ ਡੈਡੀ ਨਾਲ ਨੇ? ਠੀਕ ਠੀਕ ਹੈ ਜੀ, ਠੀਕ ਹੈ। ਅੱਛਾ ਇਹ ਉਹਨਾਂ ਦਾ ਭਤੀਜਾ ਹੈ ਜੀ ਕਾਕੇ ਦਾ, ਕੀ ਨਾਂ ਹੈ ਜੀ ਇਹਦਾ? ਸ਼ਮਸ਼ੇਰ। ਸ਼ਮਸ਼ੇਰ ਕਾਕੇ ਦਾ ਚਾਚਾ ਜੀ ਦਾ ਕੋਈ ਗਾਣਾ ਤਾਂ ਸੁਣਾ ਦੇ। ਸੁਣਾਈ ਦੱਸ ਕੀ ਕਰਾਂ, ਕਹਿ ਦੇ ਸੁਣਾਈ, ਸੁਣਾ ਦੇ ਗਾਣਾ ਸੁਣਾਈ। ਇਹਦਾ ਜਿਹੜੀ ਕਹਿੰਦਾ ਕਾਕਾ ਲਾ ਦੋ, ਆਹ ਦੇਖ ਲਓ, ਇਹ ਕਾਕੇ ਦਾ ਭਤੀਜਾ ਹੈ ਜੀ ਛੋਟਾ ਜਿਹਾ,
और ये भी सिंगर बन जाए, छोटा सिंगर है, ये भी गाने गाता है अपने चाचा जी दे। गा के सुना दे। सुनाई दस की करा तेरे ते मरा कहीं दस की अपने चाचा जी दे सोंग फोन ते भी सारा दिन गाने लग्या रहिंदा कि काका जी दे गाने ला दो चाचा जी दे। हो नीले नीले सूट वाली बस नू उड़ीक दिया क्यों, नीले नीले सूट वालिए बस नू उड़ीक दिया क्यों, ऑफिस नू चल मेरे नाल बस च हो जाएगी लेट तू, देख मेरे रंग वाले बदलों ने तेरे रंग वाले सूरज नू जफी पा ली, नक जा चढ़ाई है त्योड़िया तू पौनी है तू तेरी आकड़ ने खा ली, तू देख पैंदियां ने कणियां तू देख पैंदियां ने कणियां ते मैनू देखण दे तेरा मूं, नीले नीले सूट वालिए बस नू उड़ीकदियां क्यों, ए दूरियां तेरियां कैसियां बेरुबां पंछी दे जैसियां, तुरे नजरां दे सामे ते ना नजरां मिलावे, वे सच्चो सच दस तू की चाहने ना, तू पूरी तरह जिंदगी चो जाना ना तू पूरी तरह जिंदगी जाना, हाँ दस दे ऐदा मैनू क्यों तड़पाने, अज गल कौन दिंदा कुछ किसे नूं सौखा हुंदा, पहला कम वैलियां ने वैल खटने, दूजा कम बोतलां दे डट पकने, ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ, ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਨੀ ਤੇਰੇ ਦਮ ਤੇ, ਦਰ ਤੇ ਬਣਾਉਂਦਾ ਮੁੰਡਾ ਬੱਕਰੇ ਨੀ ਤੇਰੇ ਦਮ ਤੇ, ਹੋਰ ਕੋਈ ਤੈਨੂੰ ਜੇ ਵਿਆਹ ਕੇ ਲੈ ਗਿਆ ਜੱਟ ਦਾ ਜਿਉਣਾ ਜੱਗ ਤੇ ਨਾ ਰਹਿਆ, ਹੋਰ ਕੋਈ ਤੈਨੂੰ ਜੇ ਵਿਆਹ ਕੇ ਲੈ ਗਿਆ ਜੱਟ ਦਾ ਜਿਉਣਾ ਜੱਗ ਤੇ ਨਾ ਰਹਿ ਗਿਆ, ਚੱਲ ਮੇਰੇ ਨਾਲ ਚੱਲ ਲੈ ਲੇ ਲਾਵਾਂ ਦਿੱਤੀ ਪਿਆਲੀ ਹਰੇ ਨਾ ਬਾਜੀ ਚਿੱਤ ਕਰਦੇ ਕਰਦੇ ਮੁੰਡੇ ਦਾ ਲਾਜੀ ਚਿੱਤ ਕਰਦੇ।